ਸਵਾ ਲੱਖ ਨਾਰਾ ਹੈਦਰੀ ਯਾ ਅਲੀ ਮੌਲਾ ਅਲੀ ਮੁਸ਼ਕਿਲ ਕੁਸ਼ਾ ਹੱਕ ਹੈਦਰ ਯਾ ਹੈਦਰ ਹੱਕ ਹੈਦਰ ਯਾ ਹੈਦਰ ਹੱਕ ਹੈਦਰ ਯਾ ਹੈਦਰ ਸਰਕਾਰ ਗੁਲਾਮ ਹਾਜ਼ਰ ਆਕਾ ਹਾਂ ਬਈ ਸਾਰੀ ਸੰਗਤ ਗੱਜ ਗਿਆ ਆਖੋ ਲੱਖਾਂ ਦਾਤੇ ਪੀਰ ਦੀ ਬੋਲ ਬਾਬਾ ਹੈਦਰ ਸ਼ੇਖ ਸਦਰੂਦੀਨ ਦੀ ਬੋਲ ਗਿਆਰਵੀਂ ਸੱਚੀ ਸਰਕਾਰ ਦੀ
ਬੋਲ ਖਵਾਜਾ ਪੀਰ, ਬੋਲ ਖਾਨ ਟੋਡਾ ਪੀਰ, ਬੋਲ ਪੈਰੋਂ ਛੜੀਏ ਦੀ, ਬੋਲ ਮਾਂ ਦੁਰਗਾ ਸ਼ਕਤੀ ਦੀ, ਬੋਲ ਗੁਰੂ ਨਾਨਕ ਦੇਵ, ਬੋਲ ਨਗਰ ਖੇੜੇ ਕੀ, ਬੋਲ ਆਪਣੇ ਆਪਣੇ ਗੁਰੂ ਮਹਾਰਾਜ, ਜੈ ਕਰੇ ਮਨਾਣਾ ਦੇਵੀ ਦਾ। ਮੈਂ ਤਾਂ ਦੁਨੀਆ ਤੋਂ ਚੋਰੀ ਚੋਰੀ ਪਾ ਲਿਆ, ਦੁਨੀਆ ਤੋਂ ਚੋਰੀ ਚੋਰੀ ਪਾ ਲਿਆ, ਡੰਡ ਦਾ ਕਦੇ ਸਾਡੇ ਦੇਵੀ ਮਾੜਾ ਮੋਟਾ ਚੜਦੇ ਫਕੀਰੀ ਵਾਲਾ ਰੰਗ ਦਾ ਪਿਆ, ਕਦੇ ਸਾਡੇ ਦੇਵੀ ਮਾੜਾ ਮੋਟਾ ਚੜਦੇ ਫਕੀਰੀ ਵਾਲਾ ਰੰਗ ਦਾ ਸਾਡੇ ਦੇਵੀ ਮਾੜਾ ਮੋਟਾ ਚੜਦੇ ਫਕੀਰੀ ਵਾਲਾ ਰੰਗ ਦਾ ਪਿਆ, ਸਾਡੇ ਦੇਵੀ ਮਾੜਾ ਮੋਟਾ ਚੜਦੇ ਫਕੀਰੀ ਵਾਲਾ ਰੰਗ ਦਾ ਪਿਆ, ਫਕੀਰੀ ਵਾਲਾ ਰੰਗ ਦਾ ਪਿਆ, ਬੋਲ ਬਾਬਾ ਹੈਦਰ ਸ਼ੇਖ ਸਦਰੂਦੀਨ, ਬੋਲ ਆਪਣੇ ਆਪਣੇ ਗੁਰੂ ਮਹਾਰਾਜ। ਹਾਂ ਬਈ, ਐਸੇ ਗੰਭੀਰ ਪਾਤਸ਼ਾਹ ਦਾਤੇ ਲੋਕਾਂ ਦੇ ਮਾਲਕ ਦੇ ਸੱਚੀ ਦਰਗਾਹ 'ਚੋਂ ਆਈਆਂ ਸੰਗਤਾਂ ਲਈ ਬਾਬਾ ਕਹਿੰਦਾ ਆਈ ਸੰਗਤ ਦੀ ਹਾਜ਼ਰੀ ਅਮਲ 'ਚੋਂ, ਐਸੇ ਮਾਲਕ ਦੇ ਹੁਕਮ ਬਾਬਾ ਕਹਿੰਦਾ ਆਈ ਸੰਗਤ ਦੀਆਂ ਚੌਂਕੀਆਂ, ਐਸੇ ਦਾਤੇ ਲੋਕਾਂ ਦੇ ਹੁਕਮ ਬਾਬਾ ਕਹਿੰਦਾ ਅੱਜ ਦਾ ਭੰਡਾਰਾ ਮੰਗ ਲਿਆ, ਖੜੇ ਜਾਓ ਬਣਾ ਲਿਆ। ਦਾਤੇ ਲੋਕਾਂ ਦੇ ਮਾਲਕ ਦੇ ਦਰਗਾਹ ਚੋਂ ਬਾਬਾ ਅੱਜ ਦਾ ਭੰਡਾਰਾ ਮੰਗੂ, ਜੋ ਤਿਲ ਫੁੱਲ ਲਾਤਾ ਦਾਣੇ ਦਾਣੇ ਤੇ ਮੋਹਰ ਲੱਗ ਗਈ, ਜਿਹੜਾ ਖਾ ਗਿਆ ਉਹ ਵੀ ਤਰ ਗਿਆ, ਜਿਹੜਾ ਸੇਵਾ ਕਰ ਗਿਆ ਉਹ ਵੀ ਤਰ ਗਿਆ। ਅਸੀਂ ਪਤਾ ਕਿਉਂ ਕਹਿੰਦੇ ਹਾਂ ਜਿਹੜਾ ਖਾ ਗਿਆ ਤਰ ਗਿਆ, ਲਾ ਗਿਆ ਤਰ ਗਿਆ। ਘਰੇ ਜਿੰਨੀ ਵਾਰੀ ਭੋਜਨ ਬਣਦਾ ਕਿਸੇ 'ਚ ਨਮਕ ਘੱਟ ਹੁੰਦਾ, ਕਿਸੇ 'ਚ ਮਿਰਚ ਵੱਧ ਹੁੰਦੀ ਹੈ, ਰੋਜ਼ ਕੁਛ ਨਾ ਕੁਛ ਕਹਿੰਦੇ ਹੋ। ਅੱਜ 25 ਸਾਲ ਹੋ ਗਏ ਭੰਡਾਰਾ ਲੱਗਦੇ ਨੂੰ, ਕਿਤੇ ਨਮਕ ਮਿਰਚ ਘੱਟ ਵੱਧ ਹੋਇਆ? ਨਾਲੇ ਜਿੱਦਾਂ ਦਾ ਭੰਡਾਰਾ ਲੱਗਣ ਲੱਗਿਆ ਅੱਜ ਤੱਕ ਕਿਸੇ ਨੇ ਟੇਸਟ ਕਰਕੇ ਨਹੀਂ ਦੇਖਿਆ। ਪਹਿਲਾਂ ਸਰਕਾਰ ਨੂੰ ਭੋਗ ਲੱਗਣ ਤੋਂ ਬਾਅਦ ਟੇਸਟ ਹੁੰਦਾ, ਕਿਤੇ ਨਮਕ ਘੱਟ ਵੱਧ ਹੋਇਆ? ਕਿਉਂਕਿ ਸਰਕਾਰ ਖੁਦ ਭੰਡਾਰੇ 'ਚ ਵਿਰਾਜਮਾਨ ਹੁੰਦੇ ਨੇ, ਅਸੀਂ ਜਿੱਦਾਂ ਦੇ ਵੀ ਹੁੰਦੇ ਹਾਂ ਉਹ ਸਾਡਾ ਕਬੂਲ ਕਰ ਲੈਂਦੇ ਨੇ। ਕਿ ਜਿਹੜਾ ਖਾ ਗਿਆ ਉਹ ਵੀ ਤਰ ਗਿਆ, ਜਿਹੜਾ ਸੇਵਾ ਕਰ ਗਿਆ ਉਹ ਵੀ ਤਰ ਗਿਆ, ਜਾਂ ਲਾ ਗਿਆ ਪੀਰ ਕਹਿੰਦਾ ਉਹ ਵੀ ਤਾਰਤਾ, ਫਿਰ ਮੁੜ ਕੇ ਉਹੀ ਤਾਰਦਾ ਕਿਹਨੂੰ ਹੈ? ਫਿਰ ਬੋਲੋ ਸੱਚੀ ਨੀਅਤ ਨੂੰ। ਜੇ ਨੀਅਤ ਸਾਫ਼ ਹੈ ਜਿੱਥੇ ਮਰਜ਼ੀ ਯਾਦ ਕਰ ਲਈ ਉੱਥੇ ਹਾਜ਼ਰ ਹੈ, ਜੇ ਨੀਅਤ 'ਚ ਖੋਟ ਹੈ ਤਾਂ ਡੇਲੀ ਆਈਓ ਤਾਂ ਵੀ ਕੁਛ ਮਿਲਣਾ। ਹਾਂਜੀ, ਕਿੱਥੋਂ ਦੀ ਟੈਕਸੀ ਤੁਹਾਡੀ ਪੁਰਾਣੀ? ਤੁਹਾਡੇ ਪਾਕਿਸਤਾਨ ਤੋਂ? ਦਾਦਾ ਜੀ ਕਿ ਦਾਦਾ ਜੀ ਦਾਦਾ ਜੀ ਪਾਕਿਸਤਾਨ ਤੋਂ ਹੋਏ? ਅੱਛਾ, ਉਹ ਮੱਥੇ ਤੇ ਕਸਤੂਰੀ ਲਾ ਕੇ ਦਾਦ ਮੇਰਾ ਦਰ ਪਿਆ ਅਲਕ ਜਗਾ ਕੇ, ਮੱਥੇ ਤੇ ਕਸਤੂਰੀ ਲਾ ਕੇ ਦਾਦ ਮੇਰਾ ਦਰ ਪਿਆ ਅਲਕ ਜਗਾ ਕੇ, ਮੱਥੇ ਤੇ ਕਸਤੂਰੀ ਲਾ ਕੇ ਦਾਦ ਮੇਰਾ ਦਰ ਪਿਆ ਅਲਕ ਜਗਾ ਕੇ, ਦਾਦ ਮੇਰਾ ਦਰ ਪਿਆ ਅਲਕ ਜਗਾ ਕੇ, ਭੇੜੀ ਬੰਨੇ ਲਾ ਗਿਆ ਜੋੜੇ ਹੱਥ ਨਾਲ ਤੋਂ ਖੇਤ ਪਾ ਲਿਆ ਗਿਆ। ਤੇਰੇ ਭੱਲੇ ਭੱਲੇ ਸਾਧੂਆਂ ਦੇ, ਤੇਰੀ ਪੌਣ ਮਾਰ ਗਈ ਗੇੜੇ।
ਮੁਬਾਰਕਾਂ ਖੁੱਲੜੋ ਜੱਗੀ ਕਾਸ਼ਤ ਹੈ ਜੱਗੀ ਬੋਲੋ ਕੀ ਚਾਹੀਦਾ ਲਓ ਵੀ ਕਿੰਨੇ ਬੰਦੇ ਬੈਠੇ ਆਪਾਂ ਦੁੱਧ 300 ਬੰਦਾ ਬੈਠਾ ਇਹਦੇ ਬੰਦੇ ਸੁਣ ਰਹੇ ਆ ਇੱਕ ਚੀਜ਼ ਜਿਹੜੀ ਮਰਜ਼ੀ ਮੂੰਹ ਚੋਂ ਮੰਗ ਲੈ ਆਹ ਸਾਡੇ ਪੰਜ ਸ਼ੇਖ ਬੈਠੇ ਆ ਸਰਕਾਰ ਦੇ ਚਿਰਾਗ ਜਗ ਰਹੇ ਆ ਮੈਂ ਤੁਹਾਡੇ ਸਮੇਂ ਇੱਕ ਚੀਜ਼ ਜਿਹੜੀ ਮਰਜ਼ੀ ਮੂੰਹ ਚੋਂ ਮੰਗ ਲੈ ਵਾਹ ਕੀ ਬਗਿਆ ਇਹ ਸਭ ਤੋਂ ਔਖਾ ਕੰਮ ਹੈ ਕੋਈ ਦੁਨੀਆਦਾਰੀ ਵਾਲੀ ਚੀਜ਼ ਮੰਗ ਲੈ ਜਿਹੜੀ ਮਰਜ਼ੀ ਇਹ ਤੋਂ ਪਹਿਲਾਂ ਵੀ ਇਹਨਾਂ ਨਾਲ ਬਣ ਚੱਲਦੀ ਆ ਰਹੀ ਹੈ ਸੱਤ ਅੱਠ ਸਾਲ ਪਹਿਲਾਂ ਚੱਲਦੀ ਆ ਰਹੀ ਹੈ ਓਕੇ ਕੁਛ ਸ਼ਰਤ ਹੋਈ ਸੀਗੀ ਓਕੇ ਟੈਨਸ਼ਨ ਨਾ ਲੈ ਬਾਕੀ ਦਾ ਕੰਮ ਮੇਰਾ ਹੁਣ ਕਰੂਗਾ ਨਵੇੜੇ ਬਾਬਾ ਪਾਰ ਕਰੂ ਮੇੜੇ ਕਰੂਗਾ ਨਵੇੜੇ ਬਾਬਾ ਪਾਰ ਕਰੂ ਮੇੜੇ ਬਾਬੇ ਤੇ ਭਰੋਸਾ ਰੱਖ ਭਗਤਾਂ ਹੋ ਪੀਰ ਕਰੂਗਾ ਨਵੇੜੇ ਬਾਬੇ ਤੇ ਭਰੋਸਾ ਰੱਖ ਭਗਤਾਂ ਹੋ ਪੀਰ ਕਰੂਗਾ ਨਵੇੜੇ ਬਾਬੇ ਤੇ ਭਰੋਸਾ ਰੱਖ ਭਗਤਾਂ ਹੋ ਪੀਰ ਕਰੂਗਾ ਨਵੇੜੇ ਬਾਬਾ ਕਰੂਗਾ ਨਵੇ ਇੱਕ ਹਰਿੰਦਰ ਕੌਣ ਹੈ ਜੀ ਹਰਿੰਦਰ ਹਰਵਿੰਦਰ ਪੱਕਾ ਪਤਾ ਤੁੱਕਾ ਨਾ ਮਾਰੀਓ ਪਲੀਜ਼ ਜੇ 100% ਪਤਾ ਤਾਂ ਹਾਂ ਗਈ ਹੋ ਹਾਂ ਹਰਵਿੰਦਰ ਹਰਪਿੰਦਰ ਹਰਵਿੰਦਰ ਜੀ ਹਰਪਿੰਦਰ ਪੱਕਾ ਡਨ ਅੱਛਾ ਦੋਨੇ ਹੈਗੇ ਆ ਹਰਮਿੰਦਰ ਸਵੀਨਾ ਦਾ ਹਸਬੈਂਡ ਹੈ ਤੇ ਹਰਿੰਦਰ ਸ਼ਾਇਨਾ ਦਾ ਹਸਬੈਂਡ ਹੈ ਆ ਪੌਣਾ ਦੇ ਭੈਣ ਖਲਾਰੇ ਲੱਗਦੇ ਤੇਰੇ ਬੋਲ ਪਿਆਰੇ ਪੌਣਾ ਦੇ ਭੈਣ ਖਲਾਰੇ ਲੱਗਦੇ ਤੇਰੇ ਬੋਲ ਪਿਆਰੇ ਧਰਮੀ ਦਾ ਪੀਰ ਮੇਰਿਆ ਫੜ ਫੜ ਕੇ ਬਾਪੀ ਤਾਰੇ ਧਰਮੀ ਦਾ ਪੀਰ ਮੇਰਿਆ ਫੜ ਫੜ ਕੇ ਬਾਪੀ ਤਾਰੇ ਨਾਲ ਮਜ਼ਾਣੀਆਂ ਕੋਟਲੇ 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 ਕਰਵਾ ਲੈਣਾ ਪਹਿਲਾਂ 55 ਰੁਪਏ ਦੇ ਪੱਠੇ ਲਾਲਾ ਪੀਰ ਦਾ ਨਾਮ ਲੈ ਗਾਉਣ ਨੂੰ ਪਾਉਣੇ ਆ ਬਾਬਾ ਕਹਿੰਦੇ ਸਾਡਾ ਭੰਡਾਰਾ ਮਨਜ਼ੂਰ ਕੀਤਾ ਤੇਰਾ ਲੱਖ ਸ਼ੁਕਰ ਹੈ ਸਰਕਾਰ ਨੂੰ ਅਰਦਾਸ ਕਰਨੀ ਆ ਸਰਕਾਰ ਸਾਰੀ ਦੁਨੀਆ ਇੱਕ ਪਾਸੇ ਤੂੰ ਕੱਲਾ ਇੱਕ ਪਾਸੇ ਜੇ ਤੂੰ ਨਾ ਰੁੱਸਿਆ ਦੁਨੀਆ ਜੋ ਮਰਜ਼ੀ ਕਰੀ ਜਾਵੇ ਠੀਕ ਹੈ ਸਾਡਾ ਉਪਾਅ ਲਗਾਉਣ ਦਾ ਕੰਮ ਹੈ ਅਸੀਂ ਲਗਾਵਾਂਗੇ ਇਹ ਗੱਲ ਯਾਦ ਰੱਖਿਓ ਜਿਹੜਾ ਕਿਸੇ ਇੱਕ ਦਾ ਬਣਿਆ ਹੋਇਆ
ਉਹਨੂੰ ਕੋਈ ਦੁਨੀਆ ਦੀ ਤਾਕਤ ਕੁਛ ਨਹੀਂ ਵਿਗਾੜ ਸਕਦੀ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ। ਬੁਲੇਟ ਪਰੂਫ ਜੈਕਟ ਵਾਲਾ ਕੰਮ ਹੈ, ਸਾਹਮਣੇ ਵਾਲਾ ਮਾਰੂ ਵਾਪਸ ਆਪਣੇ ਦੀ ਆਉਣੀ ਹੈ। ਐਸੀ ਸਰਕਾਰ ਹੈ ਸਾਡੀ। ਬਾਲ ਦੇਖੀਏ ਨਾ, ਬਾਲ ਦੀਵਾਰ 'ਤੇ ਮਾਰੋ ਕੀ ਹੁੰਦਾ, ਹੈਂਜੀ ਵਾਪਿਸ ਸਾਡੇ ਵੱਲ ਹੀ ਆਉਂਦੀ ਹੈ। ਇਹ ਸਾਡੀ ਸਰਕਾਰ ਉਹ ਹੈ ਜਿਹਨੇ ਸਰਕਾਰ ਦਾ ਲੜ ਫੜ ਲਿਆ, ਦਾਮਨ ਪਕੜ ਲਿਆ, ਉਦੋਂ ਬਾਅਦ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰ ਲਏ ਤਾਂ ਕੱਖ ਨਹੀਂ ਵਿਗਾੜ ਸਕਦਾ। ਅਸੀਂ ਉਪਾਅ ਲਗਾਉਣੇ ਕਿਉਂਕਿ ਸਾਡਾ ਕੰਮ ਹੈ, ਕੰਮ ਕੀ ਹੈ, ਘਰ ਦੇ ਵਿੱਚ ਨੈਗੇਟਿਵਿਟੀ ਨੂੰ ਖਤਮ ਕਰਾਉਣਾ, ਹੋਰ ਕੰਮ ਨਹੀਂ ਸਾਡਾ। ਘਰ ਦੇ ਵਿੱਚੋਂ ਨੈਗੇਟਿਵਿਟੀ ਨੂੰ ਖਤਮ ਕਰਕੇ ਪੋਜ਼ਿਟਿਵਿਟੀ ਦਾ ਪ੍ਰਵੇਸ਼ ਕਰਨਾ। ਆਜਾ ਲੱਕਾਂ ਤੜਕੇ ਲੱਕਾਂ ਨੇ ਤਾਰੇ ਜਾਣਾ, ਜਿੰਨਾਂ ਨੇ ਮੇਰਾ ਪੀਰ ਮੰਨਿਆ ਓ ਜੀ, ਲੱਕਾਂ ਤੜਕੇ ਲੱਕਾਂ ਨੇ ਤਾਰੇ ਜਾਣਾ, ਜਿੰਨਾਂ ਨੇ ਮੇਰਾ ਪੀਰ ਮੰਨਿਆ, ਲੱਕਾਂ ਤੜਕੇ ਲੱਕਾਂ ਨੇ ਤਾਰੇ ਜਾਣਾ, ਜਿੰਨਾਂ ਨੇ ਮੇਰਾ ਪੀਰ ਮੰਨਿਆ ਓ ਜੀ। ਮੈਂ ਤੇਰੇ ਤੇ ਆਈ ਬਾਬਾ ਮੈਨੂੰ ਘਰ ਕੇ ਜਾਣੋ ਪਾਈ ਬਾਬਾ, ਤੇਰੇ ਤੇ ਆਈ ਬਾਬਾ ਮੈਨੂੰ ਘਰ ਕੇ ਜਾਣੋ ਪਾਈ ਬਾਬਾ, ਮੁਰਗੀ ਮਾਂ ਤੇਰਾ ਰਾ ਬਾਬਾ ਫੁੱਲਿਆਂ ਨੂੰ ਰਾ ਗਏ ਪਾਈ ਬਾਬਾ, ਮੁਰਗੀ ਤੇਰਾ ਰਾ ਬਾਬਾ ਫੁੱਲਿਆਂ ਨੂੰ ਰਾ ਗਏ ਪਾਈ ਬਾਬਾ, ਪਰ ਇੱਕ ਜਾਨੇ ਮੈਨੂੰ ਮੋੜਨਾ, ਇੱਕ ਪੂੜਾ ਬੇਸਣ ਦਾ ਬਣਾ ਕੇ ਸਾਰੇ ਪਰਿਵਾਰ ਨੇ ਸਿਰਫ ਹੱਥ ਲਵਾਉਣਾ, ਬਾਰਨਾ ਨੇ ਹੱਥ ਲਵਾ ਕੇ ਸ਼ਨੀਵਾਰ ਡੋਗੀ ਨੂੰ, ਸਾਰੇ ਪਰਿਵਾਰ ਜਿੰਨੇ ਵੀ ਅਵੇਲੇਬਲ ਹੋ, ਸ਼ਨੀਵਾਰ ਡੋਗੀ ਨੂੰ 8 ਲੱਡੂ ਬੁੰਦੀ ਵਾਲੇ ਬਾਹਰੋਂ ਬਾਹਰ ਨਾ ਕਰ ਲੈ ਕੇ ਜਾਣੇ, ਬਾਹਰੋਂ ਬਾਹਰ ਲੈ ਕੇ ਬਾਹਰੋਂ ਬਾਹਰ ਦਰਵੇਸ਼ ਨੂੰ ਪਾਉਣੇ, ਬਾਹਰੋਂ ਖਰੀਦੇ, ਕੋਈ ਕਮਾਉਣਾ ਨਹੀਂ, ਕੁਛ ਬਾਹਰੋਂ ਨਹੀਂ, ਕੁਛ ਨਹੀਂ ਕਰਨੇ, ਬਸ ਅਰਦਾਸ ਕਰਕੇ ਬਾਹਰ ਨੇ। ਮੁਗਲ ਪਠਾਣਾ ਬਾਬਾ ਕਿਹੜਾ ਦਿਲ ਸ਼ੌਂਕ ਦਾ, ਤੇਰੇ ਦਿੱਲੀ ਵਾਲੇ ਚੌਂਕ ਦਾ, ਤੇਰੇ ਦਿੱਲੀ ਵਾਲੇ ਚੌਂਕ ਦਾ, ਲੱਕਾਂ ਤੜਕੇ ਲੱਕਾਂ ਨੇ ਤਾਰੇ ਜਾਣਾ, ਜਿੰਨਾਂ ਨੇ ਮੇਰਾ ਪੀਰ ਮੰਨਿਆ ਜੀ, ਲੱਕਾਂ ਤੜਕੇ ਲੱਕਾਂ ਨੇ ਤਾਰੇ ਜਾਣਾ, ਜਿੰਨਾਂ ਨੇ ਮੇਰਾ ਪੀਰ ਮੰਨਿਆ ਜੀ, ਲੱਕਾਂ ਤੜਕੇ ਲੱਕਾਂ ਨੇ ਤਾਰੇ ਜਾਣਾ, ਜਿੰਨਾਂ ਨੇ ਮੇਰਾ ਪੀਰ ਮੰਨਿਆ ਜੀ। ਇੱਕ ਗੋਲਾ ਲੈਣਾ ਖੋਪੇ ਦਾ, ਉਹ 'ਚ ਬੁਰਾ ਚੀਨੀ ਭਰਨੀ ਹੈ, ਬੜੇ ਸਾਈਜ਼ਾਂ 2 ਕਿੱਲਾ ਉਹਦੇ ਵਿੱਚ ਰੱਖ ਦੇਣੀਆਂ ਨੇ, ਉੱਪਰ ਕੱਢਾ ਕੇ ਖਾਲੀ ਸਾਂਝ ਰੱਖ ਦਿੰਦੇ ਨੇ, ਬਸ ਛੋਟੀ ਕਿੱਲ ਨਹੀਂ ਹੋਏਗੀ, ਕਿਸੇ ਗਾਈ ਜਾਨਵਰ ਦੇ ਅੰਦਰ ਚਲੀ ਜਾਵੇ, ਚਾਹੇ ਬਾਅਦ 'ਚ ਤੁਸੀਂ ਕਮਲੇ ਕੱਢੀ ਦੇ ਜੋ ਕੋਲ ਕਣਕ ਚਾਰ ਰੱਖ ਦਿਓ, ਇੱਕ ਵਾਰ ਲੈ ਜਾਂਦੇ ਸਭ ਦਾ ਸਵਾਲ ਲੈ। ਓ ਪੀਰ ਕੋਟਲੇ ਵਾਲਿਆ ਤੇਰੀ ਲਾ ਘਰੀ ਗਵਾਈ ਆ, ਯਾਦੋ ਜੀ ਨੇ ਜਾਣਾ ਗੱਡੀ ਕੋਟਲੇ ਨੂੰ ਚੱਲੀ ਆ, ਯਾਦੋ ਜੀ ਨੇ ਜਾਣਾ ਗੱਡੀ ਕੋਟਲੇ ਨੂੰ ਚੱਲੀ ਆ, ਯਾਦੋ ਜੀ ਨੇ ਜਾਣਾ ਗੱਡੀ ਕੋਟਲੇ ਨੂੰ ਚੱਲੀ ਆ, ਸਨਾਜਾ ਇੱਕ ਬੁਰਾ ਚੀਨੀ ਜਿਹੜਾ ਸਨਾਜਾ ਕਰ, ਇੱਕ ਕੱਚ ਦੀ ਸ਼ੀਸ਼ੀ ਲੈਣੀ ਛੁੱਟੀ, ਉਹ ਸਰੋਂ ਤੇਲ ਪਾਉਣਾ, ਬੰਦ ਕਰਨੀ ਹੈ, ਕੱਚੀ ਨਹਿਰ 'ਚ ਪਾਉਣੀ ਹੈ, ਕਿਤੇ ਕੱਚੀ ਨਹਿਰ 'ਚ, ਬਾਕੀ ਦਾ ਕੰਮ ਸਾਡਾ। ਉਹ ਪੰਚਾਲੇ ਕਰ ਦਿਓ ਜਿਹਨੇ ਜੋ ਪੰਗੇ ਲੈਣਾ ਰਹਿੰਦੇ, ਜਿਹੜੇ ਬਾਕੀ ਤੁਹਾਡੇ ਪੰਗੇ ਸੀ ਉਹ ਵੀ ਸੰਭਾਲ ਲਏ, ਬਾਕੀ ਸਮਝ ਗਏ ਨਾ, ਉਹ ਵੀ ਬਾਕੀ ਕੰਮ ਮੇਰਾ ਸਾਰਾ, ਜਿਹੜਾ ਮਰਜ਼ੀ ਹੋਵੇ। ਬਸ ਸਰਕਾਰ ਨੂੰ ਇੱਕੋ ਅਰਦਾਸ ਕਰਨੀ ਹੈ ਕਿ ਸਰਕਾਰ ਤੇਰਾ ਦਾਮਨ ਪਕੜਿਆ, ਕਦੀ ਦਾਮਨ ਨਾ ਛੁੱਟੇ, ਕਦੀ ਦਮਨ ਨਾ ਛੁੱਟੇ, ਕਦੀ ਪਿਆਰ ਨਾ ਟੁੱਟੇ, ਔਰ ਆਪਸੀ ਪ੍ਰੇਮ ਹਮੇਸ਼ਾ ਘਰ ਦੇ ਵਿੱਚ, ਇੱਕ ਗੱਲ ਯਾਦ ਰੱਖਿਓ, ਸਰਕਾਰ ਹਮੇਸ਼ਾ ਉਸੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਜਿੱਥੇ ਆਪਸੀ ਪ੍ਰੇਮ ਹੈ, ਆਪਸੀ ਪਿਆਰ ਹੈ।
ਜੇ ਦੋ ਰਿਸ਼ਤੇਦਾਰ ਲੜਦੇ ਹੋਣ, ਸੋਰੀ ਦੋ ਘਰ ਦੇ ਮੈਂਬਰ ਲੜਦੇ ਹੋਣ, ਰਿਸ਼ਤੇਦਾਰ ਜਾਣਾ ਪਸੰਦ ਕਰਦੇ ਉਹਨਾਂ ਦੇ ਘਰ? ਕੋਈ ਰਿਸ਼ਤੇਦਾਰ ਜਾਣਾ ਪਸੰਦ ਕਰਦੇ ਉਹਨਾਂ ਦੇ ਘਰ? ਆਪਸੀ ਪਿਆਰ ਇੰਨਾ ਕੁ ਬਣਾ ਕੇ ਰੱਖਣਾ ਸਾਡੇ ਹੱਥੋਂ, ਕਿਸੇ ਦਾ ਬੁਰਾ ਨਾ ਹੋਵੇ ਸਰਕਾਰ, ਜਿੰਨਾ ਕਰ ਸਕੀਏ ਕਿਸੇ ਦਾ ਅੱਛਾ ਕਰ ਸਕੀਏ, ਪਰ ਜ਼ਿੰਦਗੀ ਭਰ ਤੇਰਾ ਦਮ ਨਾ ਛੁੱਟੇ, ਤੇਰਾ ਪਿਆਰ ਨਾ ਲੁੱਟੇ। ਬਹਿ ਜਾਓ, ਬਹਿ ਜਾ, ਹੱਕ ਹੱਕ ਹੱਕ। ਹਾਂਜੀ, ਪਤਨੀ ਤੇਰੀ ਪਤਨੀ ਕਦੋਂ ਬਣ ਗਈ ਦੱਸ ਦੇ ਅੱਜ ਆਪਾਂ? ਸ਼ਾਬਾਸ਼, ਇੱਕ ਨੰਬਰ ਦਾ ਪੀਸ ਰੱਖੋ, ਗਾਇਲ ਉਹਨੇ ਰੱਖ, ਗਾਇਲ ਉਹਨੂੰ ਪਾਉਣਾ। ਇੱਕ ਨੰਬਰ ਦਾ ਪੀਸ ਰੱਖੋ, ਜੇ ਉਹਦੇ ਆਫਿਸ ਦੇ ਬਾਹਰ ਰੱਖ ਲਓ, ਸਪੇਸ ਮਿਲ ਜੂਗੀ, ਉੱਪਰ ਰੱਖ ਲਓ ਛੱਤ ਕਿਤੇ ਵੀ, ਉਹਦੇ ਫਿਰ ਪਾਣੀ ਆਪਾਂ ਚੱਲੋ। ਜਿੱਦਾਂ ਤਿੰਨ ਚਾਰ ਦਿਨ 'ਚ ਠੀਕ ਹੁੰਦੀ ਆ, ਠੀਕ ਹੈ, ਨਹੀਂ ਮੈਂ ਤਵੀਜ਼ ਬਣਾ ਲੂੰਗਾ। ਇੱਕ ਹਫ਼ਤਾ ਵੇਟ ਕਰ ਲਓ, ਜੇ ਤਾਂ ਇੱਕ ਹਫ਼ਤੇ 'ਚ ਨਿਕਲ ਗਈ ਤਾਂ ਠੀਕ ਹੈ, ਨਹੀਂ ਮੈਂ ਤਵੀਜ਼ ਬਣਾ ਕੇ ਕਢਾ ਦੂੰਗਾ, ਚਿੰਤਾ ਨਾ ਕਰ। ਭੇਜਾ, ਆ ਜਾ, ਆ ਜਾ।